ਦੇਖੋ ਮੈਨੂੰ ਅਫਸੋਸ ਇਸ ਗੱਲ ਦਾ ਹੋਇਆ ਕਿ ਮੁੱਖ ਮੰਤਰੀ ਦਾ ਘਰਾਓ ਦੋ ਵਾਰੀ ਕੀਤਾ ਜਾ ਰਿਹਾ ਇਹਨਾਂ ਵੱਲੋਂ। ਇੱਕ ਤਾਂ ਕੱਲ੍ਹ ਕੀਤਾ ਜਿਹੜਾ ਕੋਈ ਬਲਾਕ ਸਮਤੀ ਦੀ ਇਲੈਕਸ਼ਨ ਵਿੱਚ ਮਾੜੀ ਮੋਟੀ ਕੋਈ ਕੁੱਟਮਾਰ ਜਾਂ ਗੋਲੀ ਚੱਲੀ ਇੱਕ ਕਿਸੇ ਪ੍ਰਧਾਨ ਨੇ, ਅਤੇ ਇੱਕ ਕੀਤਾ ਜਾ ਰਿਹਾ ਹੁਣ 6 ਤਰੀਕ ਨੂੰ। ਇਹਦਾ ਮਤਲਬ ਮੁੱਖ ਮੰਤਰੀ ਦੀ ਕੋਠੀ ਦਾ ਘਰਾਓ ਕਰਨ ਦਾ ਇਹਨਾਂ ਦੇ ਜਿਹੜੇ ਮਕਸਦ ਨੇ ਉਹ ਇੰਨੇ ਲਾਈਟ ਨੇ ਕਿ ਇੱਕ ਬਲਾਕ ਸਮਤੀ ਦੀ ਲੜਾਈ ਦਾ ਉਹ ਵੀ ਮੁੱਖ ਮੰਤਰੀ ਦੀ ਕੋਠੀ ਦੇ ਅੱਗੇ, ਅਤੇ ਇੱਕ ਐਡਾ ਵੱਡਾ ਇਸ਼ੂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਜਿੱਥੇ ਕਾਲ ਆਈ ਹੋਈ ਆ ਬਾਹਰ ਕਿ ਕੋਟ ਕਪੂਰੇ ਤੋਂ ਰੋਸ ਮਾਰ ਚੱਲੇਗਾ, ਇਹ ਤਾਂ ਲੋਕਾਂ ਦੇ ਪ੍ਰੈਸ਼ਰ ਨੇ ਇਹਨਾਂ ਦੇ 7 ਤਰੀਕ ਦੇ ਪ੍ਰੋਗਰਾਮ ਨੂੰ ਕੈਂਸਲ ਕਰਵਾਇਆ, ਵਰਨਾ ਇਹਨਾਂ ਨੇ ਤਾਂ ਪੈਰਲਲ ਪ੍ਰੋਗਰਾਮ ਜਿੱਦਾਂ ਅਕਾਲੀ ਅਤੇ ਕਾਂਗਰਸ ਨੇ ਰੱਖਿਆ ਸੀ ਉੱਦਾਂ ਹੀ ਰੱਖਤਾ ਸੀ, ਉਹਨਾਂ ਦੀ ਸਾਜਿਸ਼ ਦਾ ਹਿੱਸਾ ਬਣ ਗਏ ਸੀਗੇ। ਔਰ ਸ਼ੁਕਰ ਹੈ ਇਹਨਾਂ ਨੂੰ ਥੋੜ੍ਹੀ ਜਿਹੀ ਇਹ ਕੋਈ ਅਕਲ ਦਿੱਤੀ ਲੋਕਾਂ ਨੇ। ਔਰ ਹਾਲੇ ਵੀ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਕੈਟੇਗੋਰਿਕਲੀ ਕਲੀਅਰ ਕਰੋ, ਰੋਸ ਮਾਰਚ ਸ਼ੁਰੂ ਹੋ ਰਿਹਾ ਕੋਟ ਕਪੂਰੇ ਤੋਂ ਅਤੇ ਪਹੁੰਚੇਗਾ ਬੜਗਾੜੀ। ਤੁਸੀਂ ਪੋਸਟਰ ਪਾ ਰਹੇ ਹੋ, ਥੋੜ੍ਹੇ ਜਿਹੇ ਹਲੇ ਵੀ ਲੋਕਾਂ ਨੂੰ ਕਨਫਿਊਜ਼ ਕਰ ਰਹੇ ਨਾ ਮੇਰਾ ਇਹ, ਸਾਡਾ ਤਾਂ ਇਹ ਰੋਸ ਮਾਰਚ ਦਾ ਖੁੱਲ੍ਹਾ ਸੱਦਾ ਵਾ, ਸੁਨੀਲ ਜਾਖੜ ਨੂੰ ਆ, ਤ੍ਰਿਪਤ ਬਾਜਵਾ, ਸੁੱਖੀ ਰੰਧਾਵਾ, ਨਵਜੋਤ ਸਿੱਧੂ ਜਿਹੜੇ ਵਿਧਾਨ ਸਭਾ ਦੇ ਵਿੱਚ ਇਨਸਾਫ ਮੰਗਦੇ ਸੀ, ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਫੜਨ ਦੀ ਫਰਿਆਦ ਕਰਦੇ ਸੀ, ਹੁਣ ਪੈਰਲਲ ਰੈਲੀ ਕਰਨ ਭੱਜ ਗਏ ਨੇ। ਸਾਡਾ ਆਮ ਆਦਮੀ ਪਾਰਟੀ ਮੈਂਬਰ ਪਾਰਲੀਮੈਂਟ ਰਾਜ ਸਭਾ, ਮੈਂਬਰ ਪਾਰਲੀਮੈਂਟ ਲੋਕ ਸਭਾ, ਸਾਰਿਆਂ ਨੂੰ, ਸਾਰੀਆਂ ਵਰਗਾਂ ਨੂੰ, ਸਾਰੇ ਧਰਮਾਂ ਦੇ ਲੋਕਾਂ ਨੂੰ ਐਡਾ ਖੁੱਲ੍ਹਾ ਸੱਦਾ ਵਾ, ਕਿਆ ਉਹ ਰੋਸ ਮਾਰਚ ਵਿੱਚ ਸ਼ਾਮਿਲ ਹੋ ਕੇ ਕਰੋ। ਇਹ ਉਹਨਾਂ ਦਾ ਆਪਣਾ ਮਸਲਾ ਜੀ, ਉਹ ਮੈਨੂੰ ਉਹਨਾਂ ਦੀ ਗੱਲ ਮੈਨੂੰ ਕਦੀ ਸਮਝ ਨਹੀਂ। ਇੱਕ ਦਿਨ ਉਹ ਕਹਿੰਦੇ ਨੇ ਕਿ ਖਹਿਰਾ ਬਾਗੀ ਆ, ਦੂਜੇ ਦਿਨ ਕਹਿੰਦੇ ਮੈਂ ਉਹਦੇ ਪੈਰ ਫੜਨ ਨੂੰ ਤਿਆਰ ਹਾਂ। ਪਹਿਲਾਂ ਅੱਛੀ ਤਰ੍ਹਾਂ ਉਹਨਾਂ ਨੂੰ ਕੋ ਆਪਣਾ ਸੋਚ ਲਓ ਕਿ ਕੌਣ ਹਾਂ ਮੈਂ, ਕੌਣ ਹੈ ਪਹਿਲਾਂ ਅੱਛੀ ਤਰ੍ਹਾਂ ਸੋਚ ਲਓ। ਕਿਸਾਨੀ ਮੁੱਦਿਆਂ ਦੀ ਗੱਲ ਕਰਦਿਆਂ ਤਾਂ ਪੰਜਾਬ ਸਰਕਾਰ ਇੱਕ ਬਿੱਲ ਲਿਆਉਣ ਜਾ ਰਹੀ ਹੈ ਜਿਹੜਾ ਪਰਾਲੀ ਸਾੜੂਗਾ, ਕਹਿੰਦੇ ਉਹਨੂੰ ਇਲੈਕਸ਼ਨ ਨਹੀਂ ਲੜਨਾ ਚਾਹੂਗਾ ਪੰਚਾਇਤ। ਦੇਖੋ ਗੱਲ ਇਹ ਆ ਕਿ ਜੇ ਤਾਂ ਕਿਸਾਨਾਂ ਵਾਸਤੇ ਵਿਵਸਥਾ ਕਰ ਦੇਣਗੇ, ਇਹ ਇੰਨੀ ਨਫਰੀ ਮਸ਼ੀਨਾਂ ਦੀ ਲਿਆ ਦੇਣਗੇ ਜਿਹਦੇ ਨਾਲ ਕਿ ਲੋਕ ਪਰਾਲੀ ਨੂੰ ਵਿੱਚ ਵਾਹ ਕੇ ਇਸਤੇਮਾਲ ਕਰ ਸਕਣ, ਅਤੇ ਜੇ ਉਹਨਾਂ ਕੋਲ ਪ੍ਰਬੰਧ ਹੀ ਨਾ ਕੀਤਾ ਕਾਂਗਰਸ ਨੇ ਤਾਂ ਫਿਰ ਲੋਕ ਕੀ ਕਰਨਗੇ? 5-6 ਹਜ਼ਾਰ ਰੁਪਈਆ ਕਿੱਲੇ ਦਾ ਫਾਲਤੂ ਕੌਣ ਜੇਬ 'ਚ ਲਾਊਗਾ? ਕਿਸਾਨ ਤਾਂ ਅੱਗੇ ਮਰ ਰਹੇ ਨੇ, ਕਿਸਾਨ ਤਾਂ ਅੱਗੇ ਆਤਮ ਹੱਤਿਆ ਕਰ ਰਹੇ ਨੇ। ਇਸ ਲਈ ਇਹ ਜਿਹੜਾ ਇਸ ਤਰ੍ਹਾਂ ਦਾ ਜਿਹਨੂੰ ਕਹਿੰਦੇ ਆ ਕਿ ਬਿਨਾਂ ਤਰਕ ਤੋਂ ਜਿਹੜਾ ਕੋਈ ਬਿੱਲ ਜਾਂ ਅਮੈਂਡਮੈਂਟ ਕਰੇ, ਇਟ ਡਜ਼ਨਟ ਵਟ ਸ਼ੁੱਡ ਆਈ ਸੂਟ, ਕਿ ਜੋ ਤੁਹਾਡਾ ਮਸਲਾ ਵਾ ਇਹਦਾ ਕੋਈ ਸਹੀ ਹੱਲ ਨਹੀਂ ਗਾ। ਕੁਛ ਵੀ ਨਹੀਂ ਘਟਾਇਆ ਜੀ, 2.5 ਰੁਪਈਏ ਘਟਾਇਆ ਜੀ। ਦੇਖੋ 85 ਰੁਪਈਏ ਦੇ ਕਰੀਬ ਪੈਟਰੋਲ, 73-74 ਡੀਜ਼ਲ, ਜਿਹੜੇ ਕਿਸਾਨ ਮਰ ਰਹੇ ਨੇ ਔਰ ਜਿਹੜੇ ਦੇਸ਼ ਦੇ ਵਿੱਚ ਇੰਨੀ ਗੁਰਬਤ ਆ, ਤੁਸੀਂ ਇੱਡਾ ਮਹਿੰਗਾ ਤੇਲ ਕੀਤਾ, ਇਹਦੇ 'ਚ ਮੋਦੀ ਸਰਕਾਰ ਵੀ ਜ਼ਿੰਮੇਵਾਰ ਆ ਅਤੇ ਪੰਜਾਬ ਸਰਕਾਰ ਨੇ ਵੀ ਬਹੁਤ ਵੈਟ ਵਧਾਇਆ ਪੈਟਰੋਲ 'ਤੇ, 8-9 ਰੁਪਈਏ ਹਰਿਆਣੇ ਰਾਜਸਥਾਨ ਨਾਲੋਂ ਜ਼ਿਆਦਾ ਵੈਟ ਪੈਟਰੋਲ ਦੇ ਉੱਤੇ ਆ। ਇਸ ਲਈ ਅਗਰ 2-2.5 ਰੁਪਏ ਕੀਤਾ ਵਾ, ਸੂਬਿਆਂ ਨੂੰ ਵੀ ਚਾਹੀਦਾ ਵਾ, ਮੇਰਾ ਖਿਆਲ ਕਿਹੜੀ ਸਰਕਾਰ ਨੇ 2.5 ਰੁਪਏ ਉਹਨਾਂ ਨੇ ਵੀ ਘਟਾਤਾ ਆਟੋਮੈਟਿਕਲੀ ਹਰਿਆਣਾ ਨੇ, ਤਾਂ ਚਲੋ 5 ਰੁਪਏ ਦੀ ਰਾਹਤ ਮਿਲਦੀ ਹੈ ਪੰਜਾਬ ਸਰਕਾਰ ਨੂੰ ਵੀ। ਪੈਟਰੋਲ ਅਤੇ ਡੀਜ਼ਲ ਦੇ ਉੱਤੇ ਆਪਣਾ ਵੈਟ ਜਲਦੀ ਘਟਾਉਣਾ ਚਾਹੀਦਾ ਤਾਂ ਕਿ ਆਮ ਜਨਤਾ ਨੂੰ ਰਾਹਤ ਮਿਲ ਸਕੇ। ਨਹੀਂ, ਉਹਦਾ ਖੁਦਕੁਸ਼ੀਆਂ ਦਾ ਰੋਸ ਚੱਲ ਰਹੀਆਂ ਜੀ, ਕਿਹਨੇ ਕਹਿਤਾ ਵਾ ਕਿ ਇਹਨਾਂ ਦੇ ਕੈਪਟਨ ਦਾ ਜਿਹੜਾ ਬੋਗਸ ਪੈਕੇਜ ਸੀਗਾ ਉਹਦਾ ਅਸਰ ਹੀ ਹੈ ਨਹੀਂ ਕੋਈ ਵੀ? ਅਗਰ ਅਸਰ ਪਿਆ ਹੁੰਦਾ ਤਾਂ ਖੁਦਕੁਸ਼ੀਆਂ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀਆਂ ਮੁੱਕ ਜਾਣੀਆਂ ਚਾਹੀਦੀਆਂ। ਇਹ ਘੂਨਸ ਵਿੱਚ ਆਤਮ ਹੱਤਿਆ, ਫਿੱਡੇ ਪਿੰਡ ਵਿੱਚ ਆਤਮ ਹੱਤਿਆ ਦਰਸਾਉਂਦੀਆਂ ਨੇ ਕਿ ਕਿਸਾਨਾਂ ਨੂੰ ਅਮਰਿੰਦਰ ਸਿੰਘ ਦੇ ਉਸ ਬੋਗਸ ਪੈਕੇਜ ਤੋਂ ਕੋਈ ਉਮੀਦ ਨਹੀਂ ਅਤੇ ਨਾ ਉਸਦਾ ਕੋਈ ਅਸਰ ਕਿਸਾਨੀ 'ਤੇ ਪਿਆ। ਆ ਜਾਓ, ਮੈਂ ਲੇਟ ਹੋ ਜਾਣਾ। ਕਿਸਾਨਾਂ ਨਾਲ ਤਾਂ ਬਹੁਤ ਅਰਸੇ ਤੋਂ ਵਿਤਕਰਾ ਹੋ ਰਿਹਾ ਜੀ, ਅਸੀਂ ਵਿਚਾਰਾਂਗੇ। ਇੱਕ ਵਾਰ ਲੋਕਾਂ ਨੂੰ ਕਣਕ ਬੀਜ ਲੈਣ ਦਿਓ। ਜਿੱਦਾਂ ਮਹਾਰਾਸ਼ਟਰ ਦੇ ਵਿੱਚ ਕਿਸਾਨਾਂ ਨੇ ਨਾਸਿਕ ਤੋਂ ਲੈ ਕੇ ਮੁੰਬਈ ਤਾਂ ਹੀ ਆਪਣੇ ਹੱਕ ਮੰਗਣ ਵਾਸਤੇ ਰੋਸ ਮਾਰਚ ਕੀਤਾ ਸੀ, ਉਸ ਤਰ੍ਹਾਂ ਦਾ ਰੋਸ ਮਾਰਚ ਵੱਡਾ ਪਲਾਨ ਕਰਨ ਦੀ ਕੋਸ਼ਿਸ਼ ਕਰਾਂਗੇ। ਧੰਨਵਾਦ।